ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਗਾਕਾਂ ਨੂੰ ਵੱਡਾ ਝਟਕਾ ਦੇਣ ਵਾਲੀ ਹੈ ਇਹ ਕੰਪਨੀ 1GB ਡਾਟੇ ਲਈ ਦੇਣੇ ਪੈ ਸਕਦੇ ਹਨ 100 ਰੁਪਏ ਬਿਲਕੁਲ ਤੁਸੀਂ ਠੀਕ ਸੁਣਿਆ ਜੀ ਤੁਸੀਂ ਵੀ ਇਸ ਕੰਪਨੀ ਦਾ SIM ਜੇਕਰ ਯੂਜ਼ ਕਰਦੇ ਹੋ ਤਾਂ ਤੁਹਾਨੂੰ ਵੀ 1 GB ਡਾਟਾ ਲੈਣ ਦੇ ਵਾਸਤੇ ਹੁਣ 100 ਰੁਪਏ ਦੇਣੇ ਪੈ ਸਕਦੇ ਹਨ ਇਸ ਵੇਲੇ ਦੀ ਵੱਡੀ ਖਬਰ ਆ ਜਾ ਰਹੀ ਹੈ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਖਬਰ ਦੀ ਸ਼ੁਰੂਆਤ ਕਰਦੇ ਹਾਂ ਜੀ ਜੇਕਰ ਤੁਸੀਂ ਵੀ Airtel ਦੇ ਗਾਹਕ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ ਜਲਦੀ ਹੀ ਤੁਹਾਨੂੰ ਰੀਚਾਰਜ ਲਈ ਪਹਿਲਾਂ ਨਾਲੋਂ ਦੁੱਗਣੀ ਕੀਮਤ ਦੇਣੀ ਪੈ ਸਕਦੀ ਆ ਭਾਰਤੀ Airtel ਦੇ ਫਾਊਂਡਰ ਅਤੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਟ੍ਰੈਫਿਕ ਹਾਈਕ ਦੇ ਸੰਕੇਤ ਦਿੱਤੇ ਹਨ ਕਿ ਗਾਹਕਾਂ ਨੂੰ ਜ਼ਿਆਦਾ ਕੀਮਤ ਚੁਕਾਉਣ ਦੇ ਲਈ ਤਿਆਰ ਰਹਿਣਾ ਚਾਹੀਦਾ ਉਹਨਾਂ ਨੇ ਕਿਹਾ ਜੇਕਰ ਤੁਸੀਂ 45 ਰੁਪਏ ਮਹੀਨਾ ਦੇ ਰਹੇ ਹੋ ਤਾਂ ਜਲਦੀ ਤੁਹਾਡੇ ਬਿੱਲ ਦੁੱਗਣੇ ਤੋਂ ਵੀ ਜ਼ਿਆਦਾ ਵੱਧ ਕੇ 100 ਰੁਪਏ ਮਹੀਨਾ ਹੋ ਜਾਵੇਗਾ 100 ਰੁਪਏ ਚੋਂ ਮਿਲੇਗਾ 1GB ਡਾਟਾ ਜਲਦੀ ਹੀ ਗਾਗਾ ਨੂੰ 160 ਰੁਪਏ ਚੋਂ 1.6GB ਡਾਟਾ ਹੀ ਮਿਲਿਆ ਕਰੇਗਾ ਜਾਂ ਫਿਰ ਉਹਨਾਂ ਨੂੰ ਜ਼ਿਆਦਾ ਕੀਮਤ ਚਕਾਉਣ ਦੇ ਲਈ ਤਿਆਰ ਰਹਿਣਾ ਪਵੇਗਾ ਮਿੱਤਲ ਨੇ ਕਿਹਾ ਸਾਨੂੰ ਯੂਐਸ ਜਾਂ ਯੂਰਪ ਦੀ ਤਰ੍ਹਾਂ 50-60 ਡਾਲਰ ਤਾਂ ਨਹੀਂ ਚਾਹੀਦੇ ਪਰ 160 ਰੁਪਏ ਚੋਂ 16GB ਡਾਟਾ ਪ੍ਰਤੀ ਮਹੀਨਾ ਦੇਣਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੇਗਾ ਉਹਨਾਂ ਨੇ ਕਿਹਾ ਗਾਕ ਨੂੰ ਇਸ ਕੀਮਤ ਤੇ ਤਾਂ 1.6GB ਡਾਟਾ ਮਿਲਣਾ ਚਾਹੀਦਾ ਜਾਂ ਫਿਰ ਕੀਮਤ ਵਧਾ ਦਿੱਤੀ ਜਾਵੇ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ 10 ਰੁਪਏ ਦੇ ਵਿੱਚ ਮਿਲਣ ਵਾਲਾ 1GB ਡਾਟਾ ਵੱਧ ਕੇ 100 ਰੁਪਏ ਦੇ ਵਿੱਚ 1GB ਹੋ ਜਾਵੇਗਾ ਫਿਲਹਾਲ ਤੁਹਾਨੂੰ ਦੱਸਦੀ ਹੈ ਜੀ Airtel 199 ਰੁਪਏ ਦੇ ਵਿੱਚ 24 ਦਿਨਾਂ ਦੇ ਲਈ ਰੋਜ਼ਾਨਾ 1GB ਡਾਟਾ ਦੇ ਰਿਹਾ ਹੈ ਮਿੱਤਲ ਦੇ ਬਿਆਨ ਨੂੰ ਵੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ 10 ਗੁਣਾ ਘਟ ਕੇ 2.4 ਜੀਬੀ ਰਹਿ ਜਾਵੇਗਾ ਇੰਨਾ ਹੀ ਘੱਟੋ-ਘੱਟ ਰੀਚਾਰਜ ਦੀ ਕੀਮਤ ₹100 ਮਹੀਨਾ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਫਿਲਹਾਲ Airtel ਦੇ ਬੇਸਿਕ ਪਲਾਨ ਦੇ ਵਿੱਚ ₹45 ਮਹੀਨਾ ਹੈ ਸੁਨੀਲ ਮਿੱਤਲ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਸਥਿਰ ਬਣਾਉਣ ਦੇ ਲਈ ₹300 ਦੀ ਐਵਰੇਜ ਰੈਵਨਿਊ ਤੇ ਯੂਜ਼ਰ ਨੂੰ ਲੋਡ ਹੈ ਤੇ ਉਹਨਾਂ ਨੇ ਕਿਹਾ ਅਗਲੇ 6 ਮਹੀਨਿਆਂ 'ਚ ਅਸੀਂ ₹200 ARPPU ਦੇ ਪੱਧਰ ਨੂੰ ਯਕੀਨੀ ਤੌਰ ਤੇ ਪਾਰ ਕਰ ਲਵਾਂਗੇ ਸ਼ਾਇਦ ₹250 ਅਸਤ ਏ ਆਰ ਯੂ ਪ ਰਹੇਗਾ ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਤੁਹਾਨੂੰ 100 ਰੁਪਏ ਦੇ ਵਿੱਚ 1 ਜੀਬੀ ਡਾਟਾ ਏਟੈਲ ਦੇਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਏਟੈਲ ਦੇ ਇਸ ਬਿਆਨ ਦੇ ਨਾਲ ਜੇਕਰ ਉਹ ਸਹਿਮਤ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਸਕਦੇ ਹੋ ਨਹੀਂ ਤਾਂ ਤੁਸੀਂ ਨੋ ਵੀ ਲਿਖ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ